समुचे पंचायत यूनियन मानसा वालों जिहड़े साडे पंजे ब्लाकां दे प्रधान ने असीं कत्तर होए हैं। एक बड़ी अहम मीटिंग की गई है जिहदे विच इस किसान अंदोलन नूं होर मजबूती नाल तकड़ा करन वास्ते असीं ये मीटिंग की है। इहनूं होर ऑर्गनाइज तरीके नाल, क्योंकि जिहड़े विरोधी ने बड़ियां अफवाहां फैला रहे ने, उत्थे जिहड़े साडे लोग गए हुए उत्थे तुहानूं पता है भी उत्थे ਬਾਰਡਰਾਂ 'ਤੇ ਨੈੱਟ ਬੰਦ ਹੋ ਚੁੱਕਿਆ ਹੈ, ਸਹੀ ਇਨਫੋਰਮੇਸ਼ਨ ਨਹੀਂ ਪਹੁੰਚਦੀ। ਸੋ ਅਸੀਂ ਇਸ ਅੰਦੋਲਨ ਨੂੰ ਹੋਰ ਤਕੜਾ ਕਰਨ ਵਾਸਤੇ ਮੀਟਿੰਗ ਸੱਦੀ ਸੀ ਅਤੇ ਮੈਂ ਸਾਰੇ ਸਰਪੰਚਾਂ ਨੇ, ਫਿਰ ਅਸੀਂ ਸਾਰਿਆਂ ਨੇ ਫੈਸਲਾ ਲਿਆ ਵੀ ਆਪਾਂ ਇਹਦੇ ਵਿੱਚ ਡਾਇਰੈਕਟ ਹਿੱਸਾ ਲਓ। ਆਪ ਆਪਣੀਆਂ ਜਿਹੜੀਆਂ ਦੇਖੋ, ਅਸੀਂ ਜਿਹੜੇ ਕਿਸਾਨ ਯੂਨੀਅਨ ਨੇ, ਸਮੁੱਚੀ ਕਿਸਾਨ ਯੂਨੀਅਨ ਸਾਂਝਾ ਮੋਰਚਾ ਜਿਹੜਾ, ਅਸੀਂ ਉਹਦੀ ਹਮਾਇਤ ਕਰਦੇ ਹਾਂ ਅਤੇ ਆਪਾਂ ਇਹਨਾਂ ਨੂੰ ਇਹੀ ਸਰਪੰਚਾਂ ਨੇ ਆਪ ਜ਼ਿੰਮੇਵਾਰੀ ਲਈ ਹੈ ਵੀ ਇਹ ਵੀ ਨਾਲ ਆਪਣੇ ਪੰਚਾਇਤ ਤੌਰ 'ਤੇ ਪਿੰਡ ਦੇ ਜਥੇ ਲੈ ਕੇ ਉੱਥੇ ਜਾਇਆ ਕਰਨਗੇ, ਕਿਸਾਨ ਯੂਨੀਅਨ ਨਾਲ ਰਾਬਤਾ ਕਰਕੇ ਇੱਕ ਵਧੀਆ ਤਰੀਕੇ ਨਾਲ, ਕਿਉਂਕਿ ਮਤੇ ਵੀ ਇਹਨਾਂ ਨੇ ਪਾ ਤੇ ਤਕਰੀਬਨ। ਮੈਂ ਇਹ ਵੀ ਅਪੀਲ ਕਰੂੰਗਾ ਜੇ ਆਪਣੇ ਮਾਨਸਾ ਜ਼ਿਲ੍ਹੇ ਦਾ ਕੋਈ ਪੰਚਾਇਤ ਰਹਿ ਗਈ ਤਾਂ ਉਹ ਮਤਾ ਪਾਵੇ। ਮਤੇ ਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਵੀ ਸਾਰੇ ਇੱਕ ਪਰਿਵਾਰ 'ਚੋਂ ਇੱਕ ਵਿਅਕਤੀ ਜ਼ਰੂਰ ਇਸ ਮੋਰਚੇ ਦਾ ਹਿੱਸਾ ਬਣੇ ਅਤੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਸਰਪੰਚਾਂ ਦਾ ਜਿਹੜਾ ਇਹਨਾਂ ਨੇ ਇਹ ਅੱਜ ਮੀਟਿੰਗ ਸੱਦੀ ਹੈ। ਇਹਨਾਂ 'ਚ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ, ਉਹਦੇ ਵਿੱਚ ਅਸੀਂ ਫੈਸਲਾ ਲਿੱਤਾ ਪੰਚਾਇਤ ਯੂਨੀਅਨ ਜ਼ਿਲ੍ਹਾ ਮਾਨਸਾ ਵੱਲੋਂ ਸਾਡੇ ਚੇਅਰਮੈਨ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕਿ ਜੋ ਸਾਡਾ ਕਿਸਾਨੀ ਅੰਦੋਲਨ ਚੱਲ ਰਿਹਾ, ਘੋਲ ਚੱਲ ਰਿਹਾ, ਉਹਦੇ ਵਿੱਚ ਜਿਹੜਾ ਅਸੀਂ ਸੰਘਰਸ਼ ਕਰਨਾ ਹੈਗਾ, ਅਸੀਂ ਪਹਿਲਾਂ ਇੰਨਾ ਸਾਥ ਨਹੀਂ ਦੇ ਸਕੇ ਕਿਉਂਕਿ ਸਾਡਾ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਸੀਗੇ। ਹੁਣ ਅਸੀਂ ਦੇਖਿਆ ਗਾ ਕਿ 26 ਤਰੀਕ ਤੋਂ ਸਾਡੇ ਜਿਹੜੇ ਉੱਥੇ ਅੰਦੋਲਨ ਦੇ ਵਿੱਚ ਥੋੜ੍ਹਾ ਜਿਹਾ ਘਾਟ ਪੈ ਗਈ ਸੀ। ਹੁਣ ਅਸੀਂ ਸਾਰੀਆਂ ਪੰਚਾਇਤਾਂ ਨੇ, ਜ਼ਿਲ੍ਹਾ ਮਾਨਸਾ ਨੇ ਦਿਲੋਂ ਸਪੋਰਟ ਕਰਕੇ ਬੰਦਿਆਂ ਨੂੰ ਲੈ ਕੇ, ਜਥੇ ਲੈ ਕੇ ਅਸੀਂ ਆਪ, ਚਾਹੇ ਸਾਡਾ ਜਿੱਥੇ ਮਰਜ਼ੀ ਕਿਸੇ ਬਾਰਡਰ 'ਤੇ ਡਿਊਟੀ ਲੱਗੂਗੀ, ਅਸੀਂ ਤਹਿ ਦਿਲੋਂ ਉੱਥੇ ਜੁੜਾਂਗੇ। ਸਾਡੀ ਯੂਨੀਅਨ ਪੰਜਾਬ ਵੱਲੋਂ ਵੀ ਉੱਥੇ ਬੈਠੇ ਨੇ। ਹੁਣ ਅਸੀਂ ਸਮੁੱਚੀ ਜ਼ਿਲ੍ਹਾ ਮਾਨਸਾ ਦੇ ਸਰਪੰਚਾਂ ਵੱਲੋਂ, ਪੰਚਾਇਤਾਂ ਵੱਲੋਂ ਮਤੇ ਵੀ ਪਾਏ ਗਏ ਨੇ ਅਤੇ ਉਹਦੇ ਵਿੱਚ ਅਸੀਂ ਵਾਰਡ ਵੱਲੋਂ ਡਿਊਟੀਆਂ ਲਗਾਈਆਂ ਗਈਆਂ ਨੇ, ਇੱਕ ਵਾਰਡ 'ਚੋਂ ਦੋ ਬੰਦਿਆਂ ਦੀਆਂ। ਅਤੇ ਇੱਕ ਸਾਡੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ SC ਭਾਈਚਾਰੇ ਦੀਆਂ ਡਿਊਟੀਆਂ ਲਾਈਆਂ ਨੇ, ਅਸੀਂ ਕਿਸੇ SC ਭਾਈਚਾਰੇ ਦੀ ਡਿਊਟੀ ਨਹੀਂ ਲਈ, ਅਸੀਂ ਸਿਰਫ ਕਿਸਾਨਾਂ ਦੀ ਡਿਊਟੀ ਲਾਈ ਆ ਕਿ ਉਹ ਇਸ ਧਰਨੇ ਦੇ ਵਿੱਚ ਸ਼ਾਮਲ